ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਸ਼ੂਗਰ ਮਿਲ ਫਰੀਦਕੋਟ ਤੋਂ ਭੋਗਪੁਰ ਤਬਦੀਲ ਕੀਤੀ ਜਾਣੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ। ਜਦੋਂ ਵੀ ਕੋਈ ਵਪਾਰੀ ਇਸ ਨੂੰ ਲੈਣ ਲਈ ਆਉਂਦਾ ਹੈ ਤਾਂ ਉਹਨੂੰ ਬਿਰੰਗੀ ਪਰਤਣਾ ਪੈਂਦਾ ਹੈ। ਹੁਣ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸੇਖੋਂ ਨੇ ਸਰਕਾਰ ਨੂੰ ਚੁਣੌਤੀ ਦੇ ਦਿੱਤੀ ਹੈ ਕਿਉਂਕਿ ਸੇਖੋਂ ਇਸ ਮਿਲ ਦੇ ਤਬਾਦਲੇ ਦੇ ਵਿਰੋਧ ਵਿੱਚ ਮਰਨ ਵਰਤ ਉੱਤੇ ਬੈਠ ਗਏ ਹਨ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਤਦ ਤੱਕ ਉਹ ਮਰਨ ਵਰਤ ਜਾਰੀ ਰੱਖਣਗੇ। ਹਮਾਰੇ ਇਲਾਕੇ ਮੇਂ ਇੱਕ ਇੰਡਸਟਰੀ ਹੈ ਜੋ ਸ਼ੂਗਰ ਮਿਲ ਹੈ ਫਰੀਦਕੋਟ ਕੀ, ਔਰ ਉਸਕੋ ਉਖਾੜਨੇ ਕੇ ਲੀਏ ਜੇ ਸਰਕਾਰ ਜੋ ਹੈ ਬਹੁਤ ਲਗਾਤਾਰ ਯਤਨ ਕਰ ਲਈ ਹੈ, ਉਸਕੋ ਬਚਾਨੇ ਕੇ ਲੀਏ ਹਮਨੇ, ਔਰ ਉਸ ਮਿਲ ਕੋ ਬਚਾਨੇ ਕੇ ਲੀਏ ਨਹੀਂ, ਹਮਨੇ ਆਪਣੇ ਬੱਚੋਂ ਕਾ ਭਵਿਸ਼ਯ ਬਚਾਨੇ ਕੇ ਲੀਏ ਯੇ ਸ਼ੁਰੂ ਕੀਆ ਜੋ ਮਰਦ ਵਰਤ ਹੈ, ਕਿਉਂਕਿ ਹਮਾਰੇ ਇਲਾਕੇ ਮੇਂ ਔਰ ਕੋਈ ਇੰਡਸਟਰੀ ਨਹੀਂ ਹੈ ਜੋ ਹਮਾਰੇ ਮਜ਼ਦੂਰ ਕੋ, ਕਿਸਾਨ ਕੋ ਔਰ ਵਪਾਰੀ ਕੋ ਖੁਸ਼ਹਾਲ ਕਰ ਸਕੇ, ਹਮਾਰੇ ਨੌਜਵਾਨੋਂ ਕੋ ਰੁਜ਼ਗਾਰ ਦੇ ਸਕੇ। ਤੋ ਇਸ ਲਈ ਹਮਨੇ ਆਪਣੇ ਬੱਚੋਂ ਕੋ ਬਚਾਨੇ ਕੇ ਲੀਏ ਯੇ ਸੰਘਰਸ਼ ਸ਼ੁਰੂ ਕੀਆ, ਔਰ ਹਮ ਆਪਣੇ ਬੱਚੋਂ ਕੀ ਜੋ ਹੈ ਭਵਿਸ਼ਯ ਕੇ ਸਾਥ ਕੋਈ ਸਮਝੌਤਾ ਨਹੀਂ ਕਰੇਂਗੇ, ਜੋ ਲੱਖੋਂ ਲੋਕੋਂ ਕੋ ਯੇ ਰੁਜ਼ਗਾਰ ਮਿਲਤਾ, ਹਮਾਰੇ ਮਜ਼ਦੂਰ ਕੋ, ਕਿਸਾਨ ਕੋ, ਜੋ ਨੌਜਵਾਨ ਜੋ ਪੜ੍ਹ ਲਿਖ ਰਹੇ ਉਨਕੋ ਮਿਲੇਗਾ, ਜੋ ਅਗਰ ਲੋਕੋਂ ਕੇ ਪਾਸ ਪੈਸਾ ਹੋਗਾ ਤੋ ਹਮਾਰਾ ਦੁਕਾਨਦਾਰ ਖੁਸ਼ਹਾਲ ਹੋਗਾ, ਹਮਾਰਾ ਇਲਾਕਾ ਖੁਸ਼ਹਾਲ ਹੋਗਾ। ਜਬ ਤੱਕ ਹਮੇ ਯੇ ਵਿਸ਼ਵਾਸ ਨਹੀਂ ਹੋ ਜਾ ਤੱਕ ਯੇ ਮਿਲ ਦੁਬਾਰਾ ਚਾਲੂ। ਤੋ ਯੇ ਮਿਲ ਮੇਂ ਯਹਾਂ ਸੇ ਉਖਾੜੀ ਵੀ ਜਾ ਰਹੀ ਹੈ ਔਰ ਕਬ ਸੇ ਬਨ ਰਹੀ ਹੈ? देखो ये मिल तो 2006 में बंद की गई थी और तब तक हम लगातार इसको संघर्ष कर रहे हैं कि इसको चालू किया जाए, क्योंकि इतना गन्ना हमारे इलाके में होता था और सरकार जो कहती है कि डाइवर्सिफिकेशन करना है, कनक और गेहूँ से निकलना है, तो ये जो एक ही गन्ने की खेती है जो किसान को खुशहाल भी करती है और इन दोनों फसलों से अलग भी करती है, तो हमारा पानी नीचे जा रहा है, हमारे पंजाब का पानी लगातार नीचे जा रहा है, तो इसके लिए भी हमें सोचने पड़ेगा। और ये एक गन्ना ही ऐसी फसल है जो सभी मसलों को हल कर सकता है, ये पराली का मसला है, प्रदूषण का मसला है, अगर हमारे इलाके में गन्ना होगा तो पराली की समस्या ही नहीं आएगी, धुएं की समस्या नहीं आएगी, तो ये प्रदूषण को भी ठीक करेगा, पानी जो नीचे जा रहा है उसको भी ठीक करेगा, लोगों की आर्थिक हालत भी सुधारेगा, तो इससे लाखों लोगों को फायदा होगा और जो करोड़ों रुपये का अनाज जो इनका गल जाता है, कनक और जो झोना है, तो उस वो इसका करोड़ों रुपए का सरकार का फायदा भी होगा। जागती लली फरीदकोट तो गुरजीत रमाणा की रिपोर्ट।